ਦੁਸਹਿਰਾ ਕਿਉਂ ਮਨਾਇਆ ਜਾਂਦਾ ਕਿ ਉਹਦੇ ਵਿੱਚ ਕੋਈ ਤਾਂ ਕਹਿੰਦੇ ਵੀ ਬਦੀ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਹਾਂਜੀ ਠੀਕ ਹੈ ਬਦੀ ਦਾ ਮਤਲਬ ਕਿ ਬੁਰੀਆਂ ਆਦਤਾਂ ਤੇ ਜਿੱਤ ਪ੍ਰਾਪਤ ਕੀਤੀ ਆਪਾਂ ਆਪਣੇ ਅੰਦਰ ਜਿਹੜੀ ਬੁਰੀ ਆਦਤ ਹੈ ਉਸ ਨੂੰ ਖਤਮ ਕਰਨਾ ਹੈ ਠੀਕ ਹੈ ਤਾਂ ਦੁਸਹਿਰਾ ਮਨਾਇਆ ਜਾਊਗਾ ਜੇ ਬਾਹਰ ਆਪਾਂ ਕਦੇ ਕਿਹਦੇ ਕੁੱਪ ਨੂੰ ਅੱਗ ਲਾ ਦੀ ਉਹਨਾਂ ਨੂੰ ਮਨਾਇਆ ਜਾਂਦਾ ਹੈ ਇਹਦਾ ਮਤਲਬ ਕਿ ਆਪਣੇ ਅੰਦਰ ਜਿਹੜੀਆਂ ਬੁਰੀਆਂ ਆਦਤਾਂ ਨੇ ਉਹਨਾਂ ਨੂੰ ਖਤਮ ਕਰਨਾ ਉਹ ਖਤਮ ਤਾਂ ਹੋਣਗੀਆਂ ਤਾਂ ਉਹਦੀ ਥਾਂ 'ਤੇ ਨਵੀਂ ਚੰਗੀ ਆਦਤ ਆ ਸਕਦੀ ਹੈ ਤੁਸੀਂ ਨੇ ਹੁਣ ਆਪਾਂ ਅੱਜ ਰਾਵਣ ਬਣਵਾਇਆ ਹੋਇਆ ਨਾ ਤੁਸੀਂ ਨੇ ਰਾਵਣ ਵੀ ਇੱਕ ਚੰਗਾ ਇਨਸਾਨ ਸੀਗਾ ਪਰ ਉਹਦੇ 'ਚ ਬੁਰੀਆਂ ਆਦਤਾਂ ਆ ਗਈਆਂ ਸੀਗੀਆਂ ਠੀਕ ਹੈ ਇਸ ਕਰਕੇ ਉਹਦੀ ਬੁਰੀ ਇੱਕ ਆਦਤ ਨੇ ਉਹਨੂੰ ਮਰਵਾਤਾ ਠੀਕ ਹੈ ਇੱਕ ਇੱਕ ਕਰਕੇ ਆਪਾਂ ਆਪਣੀ ਆਦਤ ਜਿਹੜੀ ਹੈ ਇਹਦੇ ਵਿੱਚ ਛੱਡਦੇ ਜਾਣਾ ਅਤੇ ਇਹ ਵੀ ਕਹਿਣਾ ਕਿ ਵਧੀਆ ਜਿਹੜੀ ਆਦਤ ਹੈ ਉਹਨੂੰ ਆਪਾਂ ਨੇ ਗ੍ਰਹਿਣ ਕਰਨਾ ਠੀਕ ਹੈ ਘਰ ਤੋਂ ਚੰਗੀਆਂ ਆਦਤਾਂ ਸਿੱਖੀਆਂ ਨੇ ਠੀਕ ਹੈ ਮਾੜੀਆਂ ਅੱਛੀਆਂ ਆਦਤਾਂ ਬਣਾਵਾਂਗੇ ਠੀਕ ਹੈ